ਸਤਿ ਸ਼੍ਰੀ ਅਕਾਲ ਸਾਰੇ ਜ਼ਿਮੀਦਾਰ ਭਰਾਵਾਂ ਨੂੰ, ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ ਮਹਿੰਦਰਾ 605 DI ਅਰਜਨ ਨੋਵੋ 4x4 ਬਾਰੇ। ਆਪਾਂ ਨੂੰ ਟਰਬੋ ਲਾਈ ਆ, ਆ ਜਾਓ। ਆਪਾਂ ਇਹਦੀ ਪਹਿਲੀ ਜਿਹੜੀ ਟਰਾਈ ਆ, ਟਰਬੋ ਤੋਂ ਬਿਨਾਂ ਇਹਦੀ ਟਰਾਈ ਲਵਾਂਗੇ, ਨੋਨ ਟਰਬੋ ਕਰਕੇ ਇਹਨੂੰ, ਇਹਦਾ ਟਰਬੋ ਵਾਲਾ ਕਨੈਕਸ਼ਨ ਕੱਟ ਕਰਕੇ ਇਹਦੀ ਟਰਾਈ ਲਵਾਂਗੇ, ਕਿੱਦਾਂ ਦਾ ਟਰੈਕਟਰ ਚੱਲਦਾ। ਇਹ ਤੋਂ ਬਾਅਦ ਜਿਹੜਾ ਆਪਾਂ ਲਾਈਵ 'ਚ ਵਿਖਾਵਾਂਗੇ ਕਿ ਟਰਬੋ ਲੱਗਣ ਤੋਂ ਬਾਅਦ ਜਿਹੜਾ ਕਨੈਕਸ਼ਨ ਕਰਨ ਤੋਂ ਬਾਅਦ ਫਿਰ ਕਿੱਦਾਂ ਦਾ ਚੱਲਦਾ। ਕਮੈਂਟਾਂ 'ਚ ਤੁਸੀਂ ਦੱਸਣਾ ਵਾ ਖਿਚਾਈ, ਪਾਵਰ, ਧੂੰਏ ਬਾਰੇ, ਸਾਰੇ ਬਾਰੇ ਤੁਸੀਂ ਦੱਸਣਾ ਵਾ। ਜੁੜੋ ਰਹੋ, ਜੁੜੇ ਰਹੋ ਸਾਡੇ ਨਾਲ ਲਾਈਵ। ਆਹ ਵੇਖੋ, ਇਹ ਕਨੈਕਸ਼ਨ ਕੀਤਾ ਟਰਬੋ ਦਾ, ਵਿਖਾਓ ਟਰਬੋ ਪਰਲੇ ਪਾਸੇ। ਠੀਕ ਆ, ਆ ਜਾਓ। ਇਹ ਇੰਟਰਕੂਲਰ ਲੱਗਾ ਟਰੈਕਟਰ ਨੂੰ, ਠੀਕ ਆ। ਅਤੇ ਹੁਣ ਆਪਾਂ ਦਾ ਕਨੈਕਸ਼ਨ ਕੱਟਾਂਗੇ। ਇਸ ਟਾਈਮ ਆਪਾਂ ਟਰਬੋ ਦਾ ਕਨੈਕਸ਼ਨ ਇਹਦਾ ਕੱਟ ਦਿੱਤਾ ਵਾ, ਠੀਕ ਆ। ਹੁਣ ਮੈਂ ਕਿੱਦਾਂ ਦੀ ਖਿਚਾਈ ਕਰਦਾ, ਪਹਿਲਾਂ ਹਾਈ ਲਵਾਂਗੇ, ਲੀਵਰ ਵੀ ਲਿਫਟ ਦੇ ਦੋਵੇਂ ਜਿਹੜੇ ਸੁੱਟ ਕੇ ਚਲਾਵਾਂਗੇ। ਆਹ ਵਿਖਾ ਦੇ ਤੁਹਾਨੂੰ, ਠੀਕ ਆ। ਇੱਥੇ ਚਲਾਵਾਂਗੇ, ਇੱਥੇ ਗੇਅਰ ਪਾਵਾਂਗੇ, ਇੱਧਰੋਂ ਹਾਈ ਹਾਲੋ, ਪਹਿਲਾਂ ਹਾਈ, ਇੱਧਰੋਂ ਵੀ ਹਾਈ, ਉੱਤਰ ਗਿਆ। ਹੁਣ ਆਪਾਂ ਇਹਨੂੰ ਇੱਥੇ ਹੀ ਇਹਦੀ ਟਰਬੋ ਲਾ ਕੇ, ਟਰਬੋ ਦਾ ਕਨੈਕਸ਼ਨ ਕਰਨ ਤੋਂ ਬਾਅਦ ਜਿਹੜੀ ਆ ਆਪਾਂ ਟਰਬੋ ਦਾ ਕਨੈਕਸ਼ਨ ਕਰਾਂਗੇ ਜਿਹੜਾ। ਹੁਣ ਆਪਾਂ ਇਹਦਾ ਟਰਬੋ ਦਾ ਕਨੈਕਸ਼ਨ ਕਰਤਾ ਵਾ, ਲੀਵਰ ਉੱਥੇ ਆ, ਮਿੱਟੀ ਵੀ ਆਖੋ ਗਾੜੀ ਉੱਦਾਂ ਆਈ ਹੋਈ ਇਹਦੇ, ਠੀਕ ਆ। ਬਿਲਕੁਲ ਹੱਲਾਂ ਭਰੀਆਂ ਪਈਆਂ, ਇੱਥੇ ਵੇਖਾਂਗੇ ਕਿੱਦਾਂ ਦਾ ਟਰੇਡ ਚੱਲਦਾ। ਆ ਜਾਓ, ਫਿਰ ਉਹ ਹੀ ਪਹਿਲਾਂ ਹੈ, ਠੀਕ ਆ।
ਆਪਾਂ 4x4 ਇਹਦਾ ਲਾ ਦਿੱਤਾ ਵਾ ਇਸ ਟਾਈਮ ਟੂ ਵੀਲ ਡਰਾਈਵ ਤੇ ਚੱਲ ਰਿਹਾ ਗੱਡੀ ਤੁਹਾਡੇ ਸਾਹਮਣੇ ਦੇਖੋ ਟੂ ਵੀਲ ਸਪੀਕਰ ਕਰ ਰਿਹਾ ਹੈ ਉਹ ਤੁਸੀਂ ਦੱਸਣਾ ਵਾ ਰੰਗ ਰੰਗ ਕਿੰਨੀਆਂ ਖਿੱਚ ਰਿਹਾ ਦੇਖੋ